ਸਾਲ 2015 ਵਿੱਚ ਬਰਗਾੜੀ ਬੇਅਦਬੀ ਤੋਂ ਬਾਅਦ ਪੰਜਾਬ ਵਿੱਚ ਸ਼ੁਰੂ ਹੋਇਆ ਬੇਅਦਬੀਆਂ ਦਾ ਸਿਲਸਲਾ ਬਦਸਤੂਰ ਜਾਰੀ ਹੈ ਬਰਗਾੜੀ ਦੇ ਗੁਨਾਹਗਾਰਾਂ ਨੂੰ ਜੇ ਮਸਾਲੀ ਸਜ਼ਾਵਾ ਦਿੱਤੀਆਂ ਹੁੰਦੀਆਂ ਤਾਂ ਅੱਜ ਬੇਅਦਬੀ ਦੀ ਕਿਸੇ ਦੀ ਹਿੰਮਤ ਨਾ ਪੈਂਦੀ ਪਰ ਅਫਸੋਸ ਜਿਨ੍ਹਾਂ ਤੋਂ ਇਨਸਾਫ਼ ਦੀ ਉਮੀਦ ਸੀ ਉਹ ਸਿਆਸਤਦਾਨ ਹਨ ਅਦੇ ਸਿਆਸਤਦਾਨਾਂ ਤੋਂ ਇਨਸਾਫ ਦੀ ਉਮੀਦ ਬੇਮਾਨੀ ਹੈ ਪਰ ਸਵਾਲ ਕਿਸ ਨੂੰ ਕਰੀਏ ਨਮਾਇੰਦਾ ਸਿੱਖ ਸੰਸਥਾਵਾਂ ਤਾ ਖੁਦ ਪਾਵਨ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਵਿੱਚ ਘਿਰੀਆਂ ਹਨ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੇ ਲਗਾਤਾਰ ਸਾਹਮਣੇ ਆ ਰਹੇ ਮਾਮਲੇ ਸਿੱਖ ਕੌਮ ਦੇ ਹਿਰਦੇ ਵਲੁੰਦਰਣ ਵਾਲੇ ਹਨ ਤਾਜ਼ਾ ਮਾਮਲਾ ਧਾਰੀਵਾਲ ਨੇੜੇ ਪਿੰਡ ਰਣੀਆਂ ਦਾ ਹੈ ਜਿੱਥੇ ਗੁਰਦੁਆਰਾ ਸਿੰਘ ਸਭਾ ਵਿੱਚ ਚਾਰ ਪਾਵਨ ਸਰੂਪਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ ਨਜ਼ਦੀਕੀ ਪਿੰਡ ਰਣੀਆਂ ਸਥਿਤ ਗੁਰਦੁਆਰਾ ਸਿੰਘ ਸਭਾ ਵਿੱਚ ਲਗਭਗ ਬੀਤੇ 4 ਸਾਲ ਤੋਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਹੋਏ ਚਾਰ ਸਰੂਪ ਮਿਲ ਨਾਲ ਸਿੱਖ ਸੰਗਤ ਵਿੱਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਜਾਣਕਾਰੀ ਅਨੁਸਾਰ ਉਕਤ ਗੁਰਦੁਆਰਾ ਸਾਹਿਬ ਵਿੱਚ ਰੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੱਤ ਪਾਵਨ ਸਰੂਪਾਂ ਵਿੱਚੋਂ ਚਾਰ ਪਾਵਨ ਸਰੂਪਾਂ ਦੀ ਕੁਝ ਸ਼ਰਾਰਤੀ ਅਨਸਰਾ ਵੱਲੋਂ 2016 ਵਿੱਚ ਬੇਅਦਬੀ ਕਰਕੇ ਉਹਨਾਂ ਦੇ ਅੰਗ 파ੜੇ ਗਏ ਸਨ ਜਿਸ ਸਬੰਧ ਦੀ ਸੰਬੰਧਤ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦੀ ਸੂਚਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮਰitsar ਜਾਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਸੀ ਦਿੱਤੀ ਗਈ ਪਰ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਐਸਜੀਪੀਸੀ ਦੇ ਆੜਪਾਈ ਗੋਬੀ ਸਿੰਘ ਲੋਂਗੋਵਾਲ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਥਿਤ ਗੁਰਦੁਆਰਾ ਸਾਹਿਬਾਂ ਦੇ ਸ਼ਰਧਾਲੂਆਂ ਵੱਲੋਂ ਆਪਣੇ ਘਰਾਂ ਵਿੱਚ ਪ੍ਰਕਾਸ਼ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸੰਬੰਧੀ ਜਾਣਕਾਰੀ ਅਤੇ ਰੱਖ-ਰਖਾ ਦਾ ਜਾਇਜ਼ਾ ਲੈਣ ਲਈ 100 ਤੋਂ ਵੱਧ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਦੇ ਚਲਦਿਆ ਪ੍ਰਚਾਰਕ ਬੀਬੀ ਰਾਜਵੀਰ ਕੌਰ ਅਤੇ ਬੀਬੀ ਦਲਜੀਤ ਕੌਰ ਜਦ ਗੁਰਦੁਆਰਾ ਸਿੰਘ ਸਭਾ ਰਣੀਆਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਸੰਬੰਧੀ ਜਾਣਕਾਰੀ ਲੈਣ ਗਏ ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਲਵਿੰਦਰ ਸਿੰਘ ਅਤੇ ਪ੍ਰਬੰਧਕ ਕਮੇਟੀ ਪ੍ਰਧਾਨ ਗੁਰਦਿਆਲ ਸਿੰਘ ਨੇ ਪਾਵਨ ਸਰੂਪਾਂ ਦੇ ਦਰਸ਼ਨ ਕਰਵਾਉਣ ਤੋਂ ਆਨਕਾਨੀ ਕੀਤੀ ਜਿਸ ਤੇ ਇਸ ਦੀ ਸੂਚਨਾ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪਾਈ ਲੋਂਗੋਵਾਲ ਅਤੇ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਾਰੇ ਮਾਮਲੇ ਦਾ ਜਾਇਜ਼ਾ ਲੈਣ ਲਈ ਮਾਝਾ ਜ਼ੋਨ ਦੇ ਹੈੱਡ ਪ੍ਰਚਾਰਕ ਪਾਈ ਜਸਵਿੰਦਰ ਸਿੰਘ ਸਹੂਰ ਅਤੇ ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਦੇ ਮੈਨੇਜਰ ਤਰਵਿੰਦਰ ਸਿੰਘ ਮਾਨੋਚੈਲ ਦੇ ਆਧਾਰ ਤੇ ਕਮੇਟੀ ਨੂੰ ਪਿੰਡ ਰਣੀਆਂ ਭੇਜਿਆ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਬੇਅਦਬੀ ਹੋਏ ਪਾਵਨ ਸਰੂਪਾ ਨੂੰ ਗੁਰੂ ਮਰਿਆਦਾ ਨਾਲ ਗੁਰਦੁਆਰਾ ਸ੍ਰੀ ਬੁਰਜ ਸਹਿਬ ਧਾਰੀਵਾਲ ਪਹੁੰਚਾਇਆ ਅਤੇ ਸਬੰਧਤ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗ੍ਰੰਥੀ ਅਤੇ ਕੁਝ ਹੋਰ ਪਿੰਡ ਵਾਸੀਆਂ ਦੇ ਬਿਆਨ ਲਿਖਤੀ ਰੂਪ ਵਿੱਚ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਜਸਵਿੰਦਰ ਸਿੰਘ ਸਹੂਰ ਅਤੇ ਮੈਨੇਜਰ ਅਤਰਵਿੰਦਰ ਸਿੰਘ ਮਾਨੋਚਾਲ ਨੇ ਦੱਸਿਆ ਕਿ ਇਸ ਬਾਰੇ ਮਾਮਲੇ ਦੀ ਜਾਣਕਾਰੀ ਗਿਆਨੀ ਹਰਪੀਤ ਸਿੰਘ ਅਤੇ ਭਾਈ ਲੋਂਗੋਵਾਲ ਦੀਨ ਦੇ ਨਾਲ ਨਾਲ थाना ਤਾਰੀਬਾਲ ਦੀ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਇਸ ਸਾਰੀ ਮੰਦਭਾਗੀ ਘਟਨਾ ਨੂੰ ਲਗਭਗ 4 ਸਾਲ ਛੁਪਾ ਕੇ ਰੱਖਣ ਲਈ ਸਿੰਘ ਸਭਾ ਗੁਰਦੁਆਰਾ ਰਣੀਆਂ ਦੀ ਪ੍ਰਬੰਧਕ ਕਮੇਟੀ ਵੀ ਗੁਨਾਹਗਾਰ ਹੈ ਪਰ ਫਿਰ ਵੀ ਬੇਦਬੀ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਇਹ ਮਾਮਲਾ ਆਪਣੇ ਆਪ ਵਿੱਚ ਹੀ ਗੰਭੀਰ ਹੈ ਕਿ ਕਿਵੇਂ 4 ਸਾਲ ਤੋਂ ਇਸ ਮਾਮਲੇ ਨੂੰ ਦਬਾ ਕੇ ਰੱਖਿਆ ਇਸ ਤਰ੍ਹਾਂ ਦੇ ਕਈ ਹੋਰ ਮਾਮਲੇ ਵੀ ਹੋਣਗੇ ਜੋ ਇਸ ਤਰੀਕੇ ਨਾਲ ਦਬਾਏ ਗਏ ਪਰ ਫਿਲਹਾਲ ਖੁਰਬੇ ਪਰਦਾ ਹੋ ਰਹੇ ਹਨ ਇੱਥੇ ਤਾਂ ਐਸਜੀਪੀਸੀ ਵੱਲੋਂ ਵੀ 328 ਸਰੂਪਾਂ ਨੂੰ ਕਿਸ ਤਰ੍ਹਾਂ ਲਾਪਤਾ ਤੇ ਖੁਰਦਬੁਰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਹਨਾਂ ਸਰੂਪਾਂ ਦੀ ਗਿਣਤੀ ਬੇਸ਼ੱਕ ਹੁਣ ਬਦਲ ਲੱਗੀ ਹੈ ਤਾਂ ਸਵਾਲ ਸਿੱਧੇ ਐਸਜੀਪੀਸੀ ਦੇ ਉੱਠ ਰਹੇ ਹਨ ਪਰ ਕੁਝ ਛੋਟੀਆਂ ਮੱਛੀਆਂ ਤੇ ਕਾਰਵਾਈ ਕਰ ਵੱਡੇ ਮਗਰਮੱਛਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਸ ਦਰਮਿਆਨ ਪਿੰਡ ਰਣੀਆਂ ਦਾ ਮਾਮਲਾ ਵੀ ਆਪਣੇ ਆਪ ਵਿੱਚ ਹੀ ਵੱਡੇ ਸਵਾਲ ਖੜੇ ਕਰ ਗਿਆ ਹੈ ਬਿਊਰੋ ਰਿਪੋਰਟ ਸਿੱਖ ਨਿਊਜ਼ ਐਕਸਪ੍ਰੈਸ ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ